ਸੰਗਰੂਰ ਦੇ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਦੇ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਕਣਕ ਦੀਆਂ ਬੋਰੀਆਂ ਦੇ ਵਿੱਚ ਕਣਕ ਦੀ ਬਜਾਏ ਫੋਜ ਦੀ ਮਾਤਰਾ ਜ਼ਿਆਦਾ ਵਰਤੀ ਗਈ ਹੈ। ਉਸਨੂੰ ਪੈਕ ਕਰਕੇ ਟ੍ਰੇਨ 'ਤੇ ਲੋਡ ਕਰਕੇ ਅੱਗੇ ਭੇਜਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਮੀਡੀਆ ਨੇ ਜਦ ਇਸ ਮੁੱਦੇ ਨੂੰ ਚੁੱਕਿਆ ਤਾਂ ਦੇਖਣ ਨੂੰ ਮਿਲਿਆ ਕਿ ਕਣਕ ਦੀ ਬਜਾਏ ਫੋਜ ਦੀ ਮਾਤਰਾ ਜ਼ਿਆਦਾ, ਜਿਸ ਤੋਂ ਬਾਅਦ ਮੀਡੀਆ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ, ਤਸਵੀਰਾਂ ਸਾਹਮਣੇ ਰੱਖੀਆਂ, ਜਿਸ ਤੋਂ ਬਾਅਦ ਫੂਡ ਸਪਲਾਈ ਅਫਸਰ ਅਤੇ ਸੰਗਰੂਰ ਦੇ DC ਨੇ ਟ੍ਰੇਨ ਤੋਂ ਇਸ ਕਣਕ ਨੂੰ ਅਨਲੋਡ ਕਰਵਾਇਆ ਅਤੇ ਸਹੀ ਤਰ੍ਹਾਂ ਨਾਲ ਕਣਕ ਨੂੰ ਭੇਜਣ ਲਈ ਨਿਰਦੇਸ਼ ਦਿੱਤੇ ਨੇ। ਕਾਰਡ ਹੈ, ਚਲੋ ਕੋਈ ਬਾਤ ਨਹੀਂ, ਕਾਰਡ ਵੀ ਤੁਹਾਨੂੰ ਦਿਖਾ ਦਿੰਦਾ, ਮੈਂ ਸਾਰਾ ਕੁਝ ਤੁਹਾਨੂੰ ਦਿਖਾ ਦਿੰਦਾ। ਮੈਂ ਵੀ ਆਪਣੀ ਡਿਊਟੀ ਕਰ ਰਿਹਾ, ਤੁਹਾਨੂੰ ਸਾਰਾ ਕੁਝ ਦਿਖਾ ਕੇ ਜਾਊਂਗਾ, ਉਸ ਤੋਂ ਬਗੈਰ ਨਹੀਂ ਜਾਂਦਾ ਮੈਂ ਤੁਹਾਨੂੰ ਇੱਥੇ। ਮਾਲ ਗਲਤ ਆ ਰਿਹਾ, ਮਾਲ ਘੱਟ ਵੀ ਹੈ, ਵਿੱਚੋਂ ਫੂਸ ਵੀ ਆ ਰਿਹਾ, ਵਿੱਚੋਂ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ, ਜੇ ਜਿਹੜੇ ਆੜਤੀ ਨੇ ਭਰਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਇਹ ਮਾਲ ਵਿੱਚੋਂ ਫੂਸ ਵੀ ਨਿਕਲ ਰਿਹਾ, ਵਿੱਚੋਂ ਉਹ ਵੀ ਚੈੱਕ ਕਰ ਰਹੇ ਆ ਵੀਰ ਜੀ, ਜਿਹੜਾ ਮਾਲ ਜਿਹੜਾ ਆੜਤੀ ਦਾ ਹੋਊਗਾ ਪਤਾ ਚੈੱਕ ਕਰ ਰਹੇ ਆ, ਉਹਦੇ ਕਾਰਵਾਈ ਕੀਤੀ ਹੋਊਗੀ। ਇਹ ਪਤਾ ਲੱਗਿਆ ਕਿਹੜੇ ਆੜਤੀ ਦਾ ਮਾਲ ਹੈ? ਹਲੇ ਦੇਖ ਰਹੇ ਹਾਂ। ਤੁਹਾਡਾ ਕਿਹੜਾ ਮਹਿਕਮਾ ਜੀ? ਪਨਗ੍ਰੇਨ। ਨਾਮ ਕੀ ਤੁਹਾਡਾ? ਤੁਸੀਂ ਆਪਣੇ ਦੇ ਸਟੇਸ਼ਨ ਉੱਪਰ ਕਣਕ ਜਾ ਰਹੀ ਹੈ ਜਿਹੜੀ ਕਿ ਲੋਡ ਹੋ ਕੇ ਬਾਹਰ ਜਾ ਰਹੀ ਹੈ, ਇਹ ਨਹੀਂ ਪਤਾ ਕਿਸ ਪਾਸੇ ਜਾ ਰਹੀ ਹੈ, ਪਰ ਉਹਦੇ 'ਚ ਤੂੜੀ ਦੀਆਂ ਬੋਰੀਆਂ ਅਤੇ ਕਣਕ ਵੀ ਘੱਟ ਦਿਖਾਈ ਦੇ ਰਹੀ ਹੈ ਬੋਰੀਆਂ ਵਿੱਚ, ਇਹਦੇ ਬਾਰੇ ਕੀ ਕਹੋਗੇ ਅਤੇ ਕੀ ਕਾਰਵਾਈ ਹੋਈ? ਜੀ, ਤੁਸੀਂ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ, ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ, ਇਹ ਮੈਂ DFSC ਸਾਹਿਬ ਨੂੰ ਹੁਣੇ ਇਤਲਾਹ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ, ਸ਼ਰਾਰਤ ਹੈ, ਕਿਹਨੇ ਕੀਤੀ ਹੈ, ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ 'ਤੇ ਭੇਜ ਰਿਹਾ। ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ ਏਜੰਟਸ ਇਹਦੇ ਵਿੱਚ ਮਿਲੇ ਹੋਏ ਨੇ, ਉਹ ਸਾਰਿਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਹੋਣਾ ਵਾ। ਇਹ ਸਰ ਪਨਗ੍ਰੇਨ ਵੱਲੋਂ ਲੋਡ ਹੁੰਦੀ ਹੈ ਕਿ ਨਹੀਂ? ਏਜੰਸੀ ਜਿਸ ਤਰ੍ਹਾਂ ਹੈਗੀਆਂ, ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ, ਅਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਵਿੱਚ ਲਹਿਰਾ, ਮੂਨਕ, ਸੁਨਾਮ, ਸੰਗਰੂਰ, ਹਰ ਦਿਨ ਥੋੜ੍ਹੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਕਣਕ ਸਟੋਰੇਜ ਪੁਆਇੰਟ 'ਤੇ ਜਾਂਦੀ ਹੈ, ਅਤੇ ਉਹਦੇ ਤਹਿਤ ਇਹ ਹਰ ਏਜੰਸੀ ਦਾ ਮਾਲ ਹੁੰਦਾ, ਗੋਡਾਊਨ ਦੇ ਵਿੱਚ ਹੁੰਦਾ, ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਹੈ ਸਿੱਧਾ ਮੰਡੀਆਂ ਤੋਂ, ਉਹ ਸਾਰਾ ਕੁਝ। ਉੱਥੇ ਜਿਹੜੇ ਉਹ ਜਿਹਨਾਂ ਕੋਲੋਂ ਪੁੱਛਿਆ ਸੀ ਉਹ ਪਨਗ੍ਰੇਨ ਦੇ ਨੇ? ਉਹ ਮੈਂ ਫੈਕਟਸ ਬਿਨਾਂ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ, ਕਿ ਉਹ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਟਸ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੋਇਆ ਸਾਮਾਨ।